ਗੁਰਮੀਤ ਨਿੱਜਰ ਤੇ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ 1 ਜੂਨ ਨੂੰ ਰਿਲੀਜ਼ ਹੋਣ ਵਾਲੀ ਪੰਜਾਬੀ ਫਿਲਮ ਕੈਰੀ ਔਨ ਜੱਟਾ 2 ਬਾਰੇ। ਸੋ ਜਿਸ ਤਰ੍ਹਾਂ ਪਹਿਲਾਂ ਆਪਾਂ ਨੂੰ ਪਤਾ ਹੀ ਹੈ ਕਿ ਕੈਰੀ ਔਨ ਜੱਟਾ ਨੇ ਪੰਜਾਬੀ ਫਿਲਮੀ ਪਰਦੇ ਤੇ ਬੜੀ ਬਾਹੋਬਾਈ ਖੱਟੀ, ਲੋਕਾਂ ਨੂੰ ਬਹੁਤ ਪਸੰਦ ਆਈ। ਉਸੇ ਤਰ੍ਹਾਂ ਹੀ ਹੁਣ 1 ਜੂਨ ਨੂੰ ਫਿਲਮ ਰਿਲੀਜ਼ ਹੋਣ ਤੋਂ ਬਾਅਦ ਹੀ ਪਤਾ ਚੱਲੇਗਾ ਕਿ ਫਿਲਮ ਕਿਸ ਤਰ੍ਹਾਂ ਦੀ ਹੈ, ਲੋਕਾਂ ਨੂੰ ਕਿੰਨੀ ਪਸੰਦ ਆਉਂਦੀ ਹੈ। ਪਰ ਜਿਸ ਤਰ੍ਹਾਂ ਫਿਲਮ ਦੇ ਟ੍ਰੇਲਰ ਤੋਂ ਲੱਗ ਰਿਹਾ ਹੈ ਔਰ ਟ੍ਰੇਲਰ ਨੂੰ ਬੜੀ ਬਾਹੋਬਾਹੀ ਮਿਲ ਰਹੀ ਹੈ, ਦਰਸ਼ਕ ਨੇੜੇ ਤੋਂ ਹੋ ਕੇ ਇਸ ਪਿਕਚਰ ਨੂੰ ਦੇਖਣਾ ਚਾਹੁੰਦੇ ਨੇ ਔਰ ਬੜੀ ਉਡੀਕ ਕਰ ਰਹੇ ਨੇ ਇਸ ਫਿਲਮ ਦੇ ਰਿਲੀਜ਼ ਹੋਣ ਦੀ, ਉਸ ਤੋਂ ਲੱਗ ਰਿਹਾ ਕਿ ਫਿਲਮ ਵੱਡੇ ਪਰਦੇ ਤੇ ਇੱਕ ਵੱਡਾ ਮੁਕਾਮ ਹਾਸਲ ਕਰੂਗੀ, ਇੱਕ ਚੰਗੇ ਰੈਂਕਿੰਗ ਦੇ ਨਾਲ ਸਾਹਮਣੇ ਆਊਗੀ। ਪਰ ਦਰਸ਼ਕਾਂ ਦੀ ਜੋ ਅੱਜ ਦੀ ਰੈਂਕਿੰਗ ਹੈ ਉਹ 10 ਦੇ ਵਿੱਚੋਂ 10 ਅੰਕ ਦਿੱਤੇ ਜਾ ਚੁੱਕੇ ਨੇ। ਸੋ ਫਿਲਮ ਦੀਆਂ ਬਰੀਕੀਆਂ ਬਾਰੇ, ਫਿਲਮ ਦੇ ਸੀਨਸ ਬਾਰੇ, ਫਿਲਮ ਦੀ ਕਮੇਡੀ ਬਾਰੇ, ਫਿਲਮ ਦੇ ਸਸਪੈਂਸ ਬਾਰੇ ਸਾਡੇ ਨਾਲ ਨੇ ਫੋਕਸ ਪੰਜਾਬੀ ਤੋਂ ਸਾਡੇ ਸਹਿਯੋਗੀ ਰਵੀ ਸ਼ਰਮਾ ਔਰ ਘੈਂਟ ਭਾਜੀ। ਨਮਸਕਾਰ, ਸਤਿ ਸ੍ਰੀ ਅਕਾਲ, ਆਦਾਬ, ਮੈਂ ਤੁਹਾਡਾ ਆਪਣਾ ਘੈਂਟ ਭਾਜੀ ਤੇ ਘੈਂਟ ਭਾਜੀ ਲੈ ਕੇ ਆਇਆ ਆਪਣਾ ਸ਼ੋ ਜੀ ਕੈਰੀ ਔਨ ਜੱਟਾ ਪਾਰਟ 2 ਆਉਣ ਵਾਲੀ ਹੈ 1 ਤਰੀਕ ਨੂੰ ਲੱਗਣ ਵਾਲੀ ਹੈ ਤੇ ਕੀ ਹੋਏਗਾ ਕੈਰੀ ਔਨ ਜੱਟਾ ਪਾਰਟ 2 ਦੇ ਵਿੱਚ ਬੜਾ ਵੱਡਾ ਸਸਪੈਂਸ ਹੈ ਜੀ। ਅਗਰ ਗੱਲ ਕੀਤੀ ਜਾਵੇ ਇਸ ਪਿਕਚਰ ਦੀ ਤੇ ਇਸ ਪਿਕਚਰ 'ਚ ਟੋਟਲ ਕਨਫਿਊਜ਼ਨ, ਕੀ ਕਰਨਾ ਹੈ ਕੀ ਨਹੀਂ ਕਰਨਾ, ਕੀ ਹੋਣਾ ਕੀ ਨਹੀਂ ਹੋਣਾ, ਸਾਰਾ ਕੁਝ ਕਨਫਿਊਜ਼ ਹੈ। ਪਰ ਇਸ ਕਨਫਿਊਜ਼ਨ ਨੂੰ ਹੌਲੀ 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 ਗਿੱਪੀ ਗਰੇਵਾਲ ਜਿਹੜੇ ਸੋਲਵ ਕਰਦੇ ਜਾ ਰਹੇ ਨੇ। ਕਾਲਾ ਕੋਟ ਜੇ ਬੀਨੂ ਢਿੱਲੋਂ ਨੇ ਪਾਇਆ ਤੇ ਉਹ ਵੀ ਕੁਝ ਸੋਚ ਕੇ ਪਾਇਆ, ਕੀ ਪਤਾ ਇਸ ਕਨਫਿਊਜ਼ਨ ਨੂੰ ਬੀਨੂ ਢਿੱਲੋਂ ਜਿਹੜੇ ਹੈਗੇ ਆ ਦੂਰ ਕਰਦੇ ਆ ਜਾਂ ਬੀ ਐਨ ਸ਼ਰਮਾ ਜਾਂ ਕਰਦੇ ਆ ਜਸਵਿੰਦਰ ਭੱਲਾ। ਸੋ ਬਹੁਤ ਹੀ ਰੋਚਕ ਜਿਹੜੀ ਇਹ ਫਿਲਮ ਬਣੀ ਹੈ ਜੀ ਕੈਰੀ ਔਨ ਜੱਟਾ ਪਾਰਟ 2। 6 ਦੇ ਲੰਬੇ ਇੰਤਜ਼ਾਰ ਤੋਂ ਬਾਅਦ ਪੰਜਾਬੀ ਸਿਨੇਮਾ ਨੂੰ ਇੱਕ ਬਹੁਤ ਹੀ ਖੂਬਸੂਰਤ ਜਿਹੜਾ ਫੁੱਲ ਫੈਮਿਲੀ ਇੰਟਰਟੇਨਮੈਂਟ ਫਿਲਮ ਮਿਲਣ ਵਾਲੀ ਹੈ ਜਿਹਦਾ ਨਾਮ ਹੈ ਜੀ ਕੈਰੀ ਔਨ ਜੱਟਾ। ਸੋ ਦੋਸਤੋ 1 ਤਰੀਕ ਜਿਹੜੀ ਹੈ ਆਉਣ ਵਾਲੀ ਹੈ, ਸੋ ਦੱਸ ਰਹੇ ਹਾਂ ਜੀ ਕੈਰੀ ਔਨ ਜੱਟਾ ਦੇ ਵਿੱਚ ਜਿਹੜਾ ਕਿਹੜੀਆਂ ਚੇਂਜਸ ਕੀਤੀਆਂ ਗਈਆਂ। ਅਗਰ ਗੱਲ ਕੀਤੀ ਜਾਵੇ ਕੈਰੀ ਔਨ ਜੱਟਾ 2 ਦੀ ਤੇ ਕੈਰੀ ਔਨ ਜੱਟਾ ਜਿਹੜੀ 2 ਹੈ ਬਿਲਕੁਲ ਡਿਫਰੈਂਟ ਬਣਾਈ ਗਈ ਹੈ। ਕੈਰੀ ਔਨ ਜੱਟਾ ਜਿਹੜੀ ਹੈ ਕੰਟੀਨਿਊ ਨਹੀਂ ਕੀਤੀ ਗਈ, ਬਲਕਿ ਉਸੇ ਸਬਜੈਕਟ ਦੇ ਵਿੱਚ ਕੁਝ ਹੋਰ ਮਸਾਲਾ ਪਾਇਆ ਗਿਆ। ਜੀ ਹਾਂ, ਕੈਰੀ ਔਨ ਜੱਟਾ ਜਿੱਥੇ ਪੁਆਇੰਟ ਖਤਮ ਹੋਈ ਸੀ ਉਸ ਤੋਂ ਅੱਗੇ ਨਹੀਂ ਸ਼ੁਰੂ ਕੀਤੀ ਗਈ। ਸੋ ਕੈਰੀ ਔਨ ਜੱਟਾ ਜਿਹੜੀ ਹੈ ਇੱਕ ਨਵੇਂ ਕਨਸੈਪਟ ਦੇ ਨਾਲ ਪੇਸ਼ ਕੀਤੀ ਗਈ ਹੈ, ਕੁਝ ਕਲਾਕਾਰ ਚੇਂਜ ਵੀ ਕੀਤੇ ਗਏ ਨੇ। ਅਗਰ ਗੱਲ ਕੀਤੀ ਜਾਵੇ ਕਾਮੇਡੀ ਦੀ ਤੇ ਜੇ ਅੱਗੇ ਕਾਮੇਡੀ 19 ਸੀ ਤਾਂ ਹੁਣ 21 ਕਰ ਦਿੱਤੀ ਗਈ ਹੈ। ਕਹਿਣ ਦਾ ਭਾਵ ਕਿ ਕਾਮੇਡੀ ਪਹਿਲਾਂ 21 ਸੀ ਪਰ ਹੁਣ 23 ਕਰ ਦਿੱਤੀ ਗਈ ਹੈ। ਜੀ ਟੋਟਲ ਕਨਫਿਊਜ਼ਨ ਹੈ ਜੀ, ਫਿਲਮ ਬਹੁਤ ਹੀ ਖੂਬਸੂਰਤ ਹੋਣ ਵਾਲੀ ਹੈ, ਪੂਰੀ ਇੰਟਰਟੇਨਮੈਂਟ ਹੋਣ ਵਾਲੀ ਹੈ। ਗਿੱਪੀ ਗਰੇਵਾਲ ਨੇ ਬਹੁਤ ਹੀ ਖੂਬਸੂਰਤ ਕੰਮ ਕੀਤਾ ਹੈ। ਅਗਰ ਗੱਲ ਕੀਤੀ ਜਾਵੇ ਗੁਰਪ੍ਰੀਤ ਘੁੱਗੀ ਦੀ ਤੇ ਗੁਰਪ੍ਰੀਤ ਘੁੱਗੀ ਜਿਹੜਾ ਹੈਗਾ ਆ ਇਸ ਵਿੱਚ ਫੁੱਲ ਉੱਡ ਕੇ ਦਿਖਾ ਰਿਹਾ ਜੀ। ਜੀ ਹਾਂ, ਰਾਜਨੀਤਿਕ ਕੈਰੀਅਰ ਤੋਂ ਬਾਅਦ ਗੁਰਪ੍ਰੀਤ ਘੁੱਗੀ ਨੇ ਜਿਹੜੀ ਇਹ ਫਿਲਮ ਕੈਰੀ ਔਨ ਜੱਟਾ 2 ਸਿਲੈਕਟ ਕੀਤੀ ਹੈ। ਬਹੁਤ ਖੂਬਸੂਰਤ ਪਿਕਚਰ ਹੈ ਔਰ ਉਹਨਾਂ ਨੂੰ ਇੱਕ ਨਵੀਂ ਬੁਲੰਦੀ ਦੇ ਉੱਤੇ ਜਿਹੜਾ ਹੈ ਕੈਰੀ ਔਨ ਜੱਟਾ ਪਾਰਟ 2 ਜਿਹੜੀ ਹੈ ਲੈ ਕੇ ਜਾਏਗੀ। ਅਗਰ ਗੱਲ ਕੀਤੀ ਜਾਵੇ ਬਾਕੀ ਕਰੈਕਟਰਾਂ ਦੀ, ਜੀ ਹਾਂ, ਜਸਵਿੰਦਰ ਭੱਲਾ ਦੀ, ਜਸਵਿੰਦਰ ਭੱਲਾ ਨੇ ਵੀ ਇਹਦੇ ਵਿੱਚ ਬਹੁਤ ਹੀ ਰੋਚਕ ਰੋਲ ਕੀਤਾ ਆ। ਓਵਰਆਲ ਫਿਲਮ ਜਿਹੜੀ ਹੈ ਸੁਪਰ ਹਿੱਟ ਹੈ, ਗਾਣੇ ਪਹਿਲਾਂ ਹੀ ਸੁਪਰ ਡੁਪਰ ਹਿੱਟ ਹੈ, ਫੈਮਿਲੀ ਵਾਈਜ਼ ਪਿਕਚਰ ਹੈ ਜੀ। ਗਿੱਪੀ ਗਰੇਵਾਲ ਨੂੰ 100 ਨੰਬਰ ਮਿਲ ਰਹੇ ਆ। ਸੋ ਦੋਸਤੋ ਤੁਸੀਂ ਵੀ ਨਾ ਭੁੱਲਣਾ, ਜਲਦੀ ਜਲਦੀ ਆਪਣੇ ਬੈਗ ਤਿਆਰ ਕਰ ਲਓ, ਟਿਕਟਾਂ ਲੈ ਲਓ, ਕਿਸੇ ਵੀ ਥੀਏਟਰ ਦੀਆਂ ਬੁੱਕ ਕਰ ਲਓ ਕਿ ਟਿਕਟਾਂ ਮਿਲਣ ਵਾਲੀਆਂ ਨਹੀਂ ਆ, ਕਿਉਂਕਿ ਕੈਰੀ ਔਨ ਜੱਟਾ ਜਿਹੜੀ ਆ ਪੂਰੀ ਹਸਾਉਣ ਵਾਲੀ ਹੈ, ਕਨਫਿਊਜ਼ ਕਰਨ ਵਾਲੀ ਹੈ, ਸਾਡੇ ਕੋਲੋਂ ਜਿਹੜੀ ਆ ਸਾਰੇ ਦੇ ਸਾਰੇ ਜਿਹੜੀ ਆ ਯੂਜ਼ ਕਰਨ ਵਾਲੀ ਹੈ। ਸੋ ਦੇਖਣਾ ਨਾ ਭੁੱਲਣਾ ਕੈਰੀ ਔਨ ਜੱਟਾ 2। ਕਾਕਾ ਜੀ ਦੀਆਂ ਹੌਬੀਜ਼ ਕੀ ਕੀ ਨੇ? ਕਾਕਾ ਜੀ ਸ਼ਤਰੰਜ ਬਹੁਤ ਸੋਹਣੀ ਖੇਡਦੇ, ਬਸ ਨਾਲ ਬੈਠਾ ਬੰਦਾ ਦੱਸਣ ਵਾਲਾ ਹੋਵੇ ਕਿ ਇੱਥੋਂ ਮੋਰਾ ਚੱਕ ਕੇ ਇੱਥੇ ਰੱਖਣਾ। ਚੱਕਰ ਚੱਲਦਾ ਮੇਰਾ ਕਿਤੇ। ਕੀ ਕਿਹਾ? ਦੁਬਾਰੇ ਦੱਸਣ ਨਾਲ ਚੱਕਰ ਵਾਪਸ ਥੋੜੀ ਮੁੜੇ ਹੋਣੇ, ਜਦ ਮੈਂ ਇੱਕ ਵਾਰੀ ਕਿਹਾ ਚੱਕਰ ਚੱਲਦਾ ਤਾਂ ਬਸ ਚੱਲਦਾ। ਬਿੱਲੂ ਕੱਲਾ ਨਹੀਂ, ਇੱਕ ਧੀ ਦਾ ਬਾਪ ਵੀ ਆਇਆ। ਬੁਲਾਓ ਫਿਰ ਉਹਨਾਂ ਨੂੰ। ਧੀ ਦਾ ਬਾਪ ਮੈਂ ਹੀ ਹਾਂ ਸਰ। ਕਿੰਨੀ ਦੇਰ ਆ ਕੰਮ ਚੱਲੂ? ਬਈ ਜਿੰਨੀ ਦੇਰ ਹੁਣ ਚੱਲੂਗਾ, ਚਲਾਉਣਾ ਹੀ ਪੈਣਾ ਵਾ। ਉਹ ਭਰਾਵਾ ਛੇਤੀ ਤੂੰ ਭਰਜਾਈ ਨੂੰ ਲੈ ਕੇ ਇੱਥੋਂ ਨਿਕਲ ਯਾਰ, ਹੁਣ ਖੜੇ ਪੈਰੀ ਲੈ ਕੇ ਮੈਂ ਨਿਕਲ ਜਾ। ਥੱਲੇ ਬੈਠ।